ਚਲੇ ਗਿਆ ਆਪੇ ਰੋ ਕੇ ਚੁੱਪ ਕਰ ਜਾਣਗੇ ਬਾਬਾ ਤਨਖਾਹ ਅਸੀਂ ਤੈਨੂੰ ਦਿੰਨੇ ਆ ਗ੍ਰਾਂਥੀ ਤੂੰ ਸਾਡੇ ਗੁਰੂ ਘਰ ਦਾ ਅਸੀਂ ਉਹਨੂੰ ਕਿਵੇਂ ਕਹਿ ਦਈਏ ਪ੍ਰਧਾਨ ਸਾਹਿਬ ਖਰਚੇ ਬਹੁਤ ਨੇ ਜੀ 5000 ਰੁਪਇਆ ਤਾਂ ਮਾਂ ਨੂੰ ਪਿੰਡ ਦਵਾਈ ਲਈ ਭੇਜਿਆ ਜੀ ਦੇਖ ਸਤਨਾਮ ਤੂੰ ਕਹਿੰਦਾ ਨਾ ਵੀ ਸੰਗ ਪੜਵਾਉਂਦੇ ਰਹਿੰਦੇ ਆ ਤੈਨੂੰ ਬੇਨਤੀਆਂ ਵੀ ਕਰਨੀਆਂ ਪੈਣੀਆਂ ਗ੍ਰਾਂਥੀ ਨਾਲ ਮਿਲ ਕੇ ਸਾਡੇ ਧਰਮ ਦੇ ਪ੍ਰਚਾਰ ਨੂੰ ਵਧਾਉਣ ਵਾਹਿਗੁਰੂ ਇਹ ਵੇਲੇ ਤਾਂ ਬੱਸ ਹੋ ਜਾਂਦੀ ਆ ਸਵੇਰੇ 2:30 ਵਜੇ ਉੱਠਦੇ ਆ ਇਸ਼ਨਾਨ ਪਾਣੀ ਕਰਦੇ ਆ 2:30 ਵਜੇ ਉੱਠ ਕੇ ਫਿਰ ਸੰਗਤ ਨੂੰ ਉੱਠਣ ਲਈ ਅਪੀਲ ਕਰਦੇ ਆ ਵੀ ਭਾਈ ਸੰਗਤ ਉੱਠ ਖੜ ਕੋਈ ਰੱਬ ਦਾ ਨਾਮ ਜਪ ਲਓ ਪਰ ਇਹ ਕਲਯੁਗੀ ਜੀਵ 9-10 ਵਜੇ ਤੱਕ ਸੁੱਤੇ ਪਏ ਰਹਿੰਦੇ ਆ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਗੁਰੂ ਘਰ ਦੇ ਵਿੱਚ ਸਪੀਕਰ ਦੇ ਵਿੱਚ ਸਿੰਘ ਕੀ ਬੋਲ ਰਹੇ ਆ ਕੋਈ ਧਿਆਨ ਨਹੀਂ ਇਹਨਾਂ ਦਾ ਇਹ ਚੀਜ਼ਾਂ ਤੱਕ ਸਿਰਫ ਇੱਕ ਕੱਲੀਆਂ ਚੌਧਰਾਂ ਦੇ ਭੁੱਖੇ ਆ ਆ ਕੇ ਗ੍ਰਾਂਥੀ ਨੂੰ ਘੂਰ ਲੱਗ ਜਾਂਦੇ ਆ ਤੂੰ ਆਹ ਨਹੀਂ ਕਰਦਾ ਤੂੰ ਆਹ ਨਹੀਂ ਕਰਦਾ ਪਰ ਕਦੇ ਕਿਸੇ ਨੇ ਇਹ ਨਹੀਂ ਦੇਖਿਆ ਮੇਰੇ ਵੱਲ ਨੂੰ ਧਿਆਨ ਮਾਰ ਕੇ ਵੀ 2:30 ਵਜੇ ਤੋਂ ਤੜਕੇ ਉੱਠ ਕੇ ਸਾਰਾ ਦਿਨ ਰਾਤ ਨੂੰ 10-11 ਵਜੇ ਤੱਕ ਬੰਦਾ ਮਸ਼ੀਨ ਥੋੜ੍ਹਾ ਥੱਕ ਜਾਂਦਾ ਤੁਰਿਆ ਫਿਰਦਾ ਕਿੰਨਾ ਉਹਨੂੰ ਕੰਮ ਕਰਨਾ ਪੈਂਦਾ ਹੈ ਕਿੰਨੀਆਂ ਉਹਦੀਆਂ ਜ਼ਿੰਮੇਵਾਰੀਆਂ ਨੇ ਜੇ ਕੱਲ੍ਹ ਨੂੰ ਕੋਈ 19-21 ਗੱਲ ਹੋ ਜਾਂਦੀ ਹੈ ਤਾਂ ਵੀ ਆ ਕੇ ਗ੍ਰਾਂਥੀ ਦਾ ਗਲ ਫੜ ਲੈਂਦੇ ਆ ਇਹ ਨਹੀਂ ਸੋਚਦੇ ਵੀ ਉਹਦੀ ਕੀ ਮਜਬੂਰੀ ਆ ਕਿਵੇਂ ਉਹ ਆਪਦਾ ਪਰਿਵਾਰ ਪਾਲ ਰਿਹਾ ਕਿਵੇਂ ਉਹ ਇਸ ਆਪਦੇ ਪਰਿਵਾਰ ਨੂੰ ਚਲਾ ਰਿਹਾ ਚਲੋ ਆਪਾਂ ਤਾਂ ਇੱਕ ਗੁਰੂ ਘਰ ਦੇ ਵਜ਼ੀਰ ਹੋਣ ਕਰਕੇ ਆਪਣੇ ਸੇਵਾ ਦਾ ਫਰਜ਼ ਨਿਭਾਈ ਜਾਣਾ ਵਾਹਿਗੁਰੂ 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 ਬਾਬਾ ਬਾਲੀ ਭੱਜੇ ਭਜਾਏ ਜਾਣਾ ਉਹ ਭੱਜਿਆ ਭਾਈ ਕਾਹਨੂੰ ਗੁਰੂ ਘਰ ਸੰਗਤ ਬੈਠੀ ਹੁੰਦੀ ਆ ਜਿਹਨਾਂ ਨੇ ਪ੍ਰਸ਼ਾਦਾ ਛਕਣਾ ਹੁੰਦਾ ਜਿਹਨਾਂ ਦਾ ਕੋਈ ਸਹਾਰਾ ਨਹੀਂ ਹੈਗਾ ਗੁਰੂ ਘਰ ਆ ਕੇ ਪ੍ਰਸ਼ਾਦਾ ਛਕਦੇ ਉਹ ਉਡੀਕਦੇ ਹੁੰਦੇ ਆ ਉਹਨਾਂ ਖਾਤਰ ਪ੍ਰਸ਼ਾਦਾ ਲੈ ਕੇ ਜਾਣਾ ਪੈਂਦਾ ਫਿਰ ਛੇਤੀ ਹਾਂ ਫਿਰ ਬਾਕੀ ਤੈਨੂੰ ਆਪਦੇ ਢਿੱਡ ਦਾ ਹੀ ਫਿਕਰ ਆ ਮੈਨੂੰ ਭਾਈ ਆਪਦੇ ਢਿੱਡ ਦਾ ਕਿਉਂ ਫਿਕਰ ਆ ਮੈਂ ਵੀ ਕੰਮ ਧੰਦਾ ਕਰਦਾ ਕਿਉਂ ਮੇਰੇ ਕਿਹੜਾ ਢਿੱਡ ਨਹੀਂ ਲੱਗਿਆ ਤੁਸੀਂ ਹਰ ਇੱਕ ਵਾਰੀ ਆ ਕੇ ਇੱਕ ਗ੍ਰਾਂਥੀ ਨੂੰ ਕਹਿਣ ਲੱਗ ਜਾਂਦੇ ਹੋ ਵੀ ਤੈਨੂੰ ਆਪਦੇ ਢਿੱਡ ਦਾ ਫਿਕਰ ਲੱਗਿਆ ਨਾ ਸੋਨੂੰ ਆਪਦੇ ਢਿੱਡ ਦਾ ਫਿਕਰ ਨਹੀਂ ਲੱਗਿਆ ਤੁਸੀਂ ਆਪਦੇ ਘਰਾਂ 'ਚ ਕੰਮਾਂ ਕਾਰ ਨਹੀਂ ਕਰਦੇ ਸੋਨੂੰ ਇਕੱਲਾ ਗੁਰੂ ਘਰ ਦਾ ਗ੍ਰਾਂਥੀ ਵੀ ਦੇਖਦਾ ਬਾਬਾ ਜੀ ਦਾ ਰੰਗ ਪੱਤਿਆਂ ਦਾ ਨਹੀਂ ਪਾ ਕੇ ਪੀਂਦੇ ਜਦੋਂ ਕਰਕੇ ਚੰਗਾ ਦੁੱਧ ਇਕੱਠਾ ਦੀ ਪੱਤੀਆਂ ਪਾਈ ਜਾਂਦੇ ਆ ਭਾਈ ਤੂੰ ਐਂ ਕਰ ਤੂੰ ਆਹ ਫੜ ਸਾਈਕਲ ਮੈਥੋਂ ਜੋ ਤੂੰ ਕਹੇਗਾ ਮੈਂ ਉਵੇਂ ਕਰੂੰਗਾ ਤੂੰ ਲਿਆ ਕੇ ਇਕੱਠਿਆਂ ਕਰਕੇ ਦੁੱਧ ਪੱਤੀਆਂ ਪਾ ਪਾ ਕੇ ਪੀ ਲਈ ਸਾਨੂੰ ਕੀ ਲੋੜ ਆ ਬਾਬਾ ਤੇਰੇ ਤਾਂ ਗੱਲਾਂ ਆਉਣੀਆਂ ਨੇ ਜੇ ਭਾਈ ਮੈਂ ਦੁੱਧ ਇਕੱਠਾ ਕਰਕੇ ਲਿਆਉਣਾ ਜੇ ਮੈਂ ਦੁੱਧ ਪੀ ਲੂੰ ਗਲਾਸ ਫਿਰ ਕੀ ਹੋ ਜੂ ਮੈਂ ਬੰਦਾ ਨਹੀਂ ਮੈਂ ਵੀ ਗੁਰੂ ਘਰ ਦਾ ਵਜ਼ੀਰ ਹਾਂ ਤੁਸੀਂ ਕਿਉਂ ਨਹੀਂ ਗੁਰੂ ਘਰ ਦੇ ਵਜ਼ੀਰ ਦੀ ਅਹਿਮੀਅਤ ਸਮਝਦੇ ਇੱਕ ਤੁਸੀਂ ਛੋਟੇ ਭਾਅ ਦਾ ਇੱਕ ਆਮ ਇਨਸਾਨ ਆ ਤੁਸੀਂ ਉਹਨੂੰ ਟੱਚ ਕਰਕੇ ਜਾਣਦੇ ਹੋ ਟੀਚਰਾਂ ਕਰਦੇ ਹੋ ਪਰ ਇੱਕ ਦਿਨ ਉਹ ਦਿਨ ਦੂਰ ਨਹੀਂ ਜਿਹੜੇ ਦਿਨ ਤੁਹਾਨੂੰ ਪਛਤਾਉਣਾ ਪਊਗਾ ਉਹ ਚੱਲ ਬਾਬਾ ਤੇ ਤਾਂ ਗਾਲ ਪੈਣਾ ਜਾ ਜਾ ਯਾਰ ਤੁਹਾਡੇ ਗੁਰੂ ਘਰਾਂ 'ਚ ਕੋਈ ਗ੍ਰਾਂਥੀ ਵੀ ਨਹੀਂ ਮਿਲਣਾ ਤੁਹਾਨੂੰ ਚੱਲ ਭਾਈ ਮੈਂ ਤਾਂ ਕੰਮ ਨਿਬੇੜਾ ਬਹੁਤ ਕਬੇੜਾ ਹੋ ਗਿਆ ਕੰਮ ਨਿਬੇੜ ਕੇ ਜਵਾਕਾਂ ਦੇ ਕੱਪੜੇ ਵੀ ਲਿਆਉਣੇ ਆ ਆਪਦੀ ਦਵਾਈ ਵੀ ਲਿਆਉਣੀ ਆ ਅਜੇ ਪ੍ਰਧਾਨ ਸਾਹਿਬ ਨੂੰ ਵੀ ਮਿਲਣਾ ਪਊ ਉਹ ਦੇਖੋ ਕੀ ਕਹਿੰਦੇ ਆ ਉਹਨਾਂ ਤੋਂ ਵੀ 2 ਪੈਸੇ ਮੰਗਣੇ ਪੈਣਗੇ ਚੱਲ ਪਹਿਲਾਂ ਇੱਧਰਲਾ ਕਿਸੇ ਸੰਗਤ ਦਾ ਢਿੱਡ ਭਰ ਦਈਏ ਪਹਿਲਾਂ ਪ੍ਰਧਾਨ ਜੀ ਪ੍ਰਧਾਨ ਜੀ ਕਿਹੜਾ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਤੁਹਾਡੇ ਕੋਲੇ ਕੰਮ ਆਇਆ ਸੀਗਾ ਜੀ ਆ ਜਾਓ ਬੈਠ ਕੇ ਕਰਦੇ ਆਂ ਗੱਲ ਆ ਜਾ ਖੈਰ ਹੈ ਆ ਜਾ ਬੈਠ ਸਤਨਾਮ ਪਹਿਲਾਂ ਚਾਹ ਪੀਓਗੇ ਨਹੀਂ ਜੀ ਚਾਹ ਤਾਂ ਨਹੀਂ ਪੀਣੀ ਜੀ ਦੱਸ ਕੀ ਗੱਲਬਾਤ ਹੈ ਸਤਨਾਮ ਪ੍ਰਧਾਨ ਸਾਹਿਬ ਮੈਂ ਤੁਹਾਡੇ ਕੋਲੇ ਐਵੇਂ ਆਇਆ ਸੀਗਾ ਜੀ ਥੋੜੀ ਜਿਹੀ ਘਰ ਦੇ ਵਿੱਚ ਢਿੱਲ ਮੱਠ ਵੀ ਆ ਇੱਕ ਬੱਚਿਆਂ ਦੀ ਫੀਸ ਵੀ ਭਰਨੀ ਆ ਤੇ ਮੈਂ ਖੁਦ ਦਵਾਈ ਵੀ ਲੈਣੀ ਆ ਮੈਨੂੰ ਥੋੜੇ ਪੈਸੇ ਚਾਹੀਦੇ ਸੀਗੇ ਜੀ ਪੈਸੇ ਚਾਹੀਦੇ ਸੀ ਹਾਂਜੀ ਸਤਨਾਮ ਹਜੇ ਤਾਂ ਤਨਖਾਹ ਲੈ ਕੇ ਨੂੰ ਸਾਰੇ ਮੇਰਾ ਖਿਆਲ ਹੈ 10 ਦਿਨ ਵੀ ਨਹੀਂ ਹੋਏ ਤਨਖਾਹ ਲੈ ਕੇ ਗਿਆ ਬਾਕੀ ਸਾਰੇ ਹੋਰ ਬਥੇਰੇ ਆਈ ਜਾਂਦੇ ਪੈਸੇ ਤੇਰੇ ਕੋਲੇ ਉਹ ਖਰਚ ਵੀ ਕਰਦੇ ਪ੍ਰਧਾਨ ਸਾਹਿਬ ਮੈਨੂੰ ਪਤਾ ਜੀ ਮੈਂ ਤਨਖਾਹ ਲੈ ਕੇ ਗਿਆ ਨੂੰ ਥੋੜੇ ਦਿਨ ਹੀ ਹੋਏ ਆ ਪਰ ਪਰਿਵਾਰ ਦੇ ਵਿੱਚ ਮਜਬੂਰੀਆਂ ਇਹ ਜਿਹੀਆਂ ਨੇ ਪ੍ਰਧਾਨ ਸਾਹਿਬ ਖਰਚੇ ਬਹੁਤ ਜ਼ਿਆਦੇ ਆ ਮਹਿੰਗਾਈ ਦਾ ਜੋਗਾ ਨਹੀਂ ਖਰਚਾ ਕੰਟਰੋਲ ਹੁੰਦਾ ਜੀ ਉਹ ਸਤਨਾਮ 8000 ਤੇਰੀ ਤਨਖਾਹ ਹੈ ਤੇ ਸੁੱਖ ਨਾਲ ਇੱਥੇ ਤਾਂ ਸੁੱਖ ਨਹੀਂ ਸਮਝਦੇ ਪਾਠ ਵੀ ਕਿੰਨੇ ਆਏ ਆ ਤੇ ਰਹੀ ਗੱਲ ਹੋਰ ਰੋਟੀ ਟੁੱਕ ਦਾ ਖਰਚਾ ਸਾਰਾ ਗੁਰੂ ਘਰ ਤੋਂ ਹੈ ਚਾਹ ਪਾਣੀ ਦਾ ਸੋਨੂੰ ਵੀ ਕਰਨੀ ਰੋਟੀ ਟੁੱਕ ਦਾ ਸੋਨੂੰ ਵੀ ਕਰਨੀ ਫੇਰ ਵੀ ਪਤਾ ਨਹੀਂ ਕਿੱਥੇ ਖਰਚੇ ਕਰੀ ਜਾਂਦੇ ਯਾਰ ਤੁਸੀਂ ਕਮਾਲ ਦੀ ਗੱਲ ਹੈ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਪ੍ਰਧਾਨ ਸਾਹਿਬ
खंड पाठा तो सहज पाठा तो कि रुपया कट्ठा होंगे जी। जो असी लोगों के पाठ कर जाने ना उत्थे जे सानू 500 देना हों तो 100-100 रुपया लोग उहदे विचों भी कट लैंदे आ। पर यह लोग एडे एडे ब्याहां दे विच खाड़े लगाउंदे आ, मीट शराबा इन्हां दे चलदियां, उत्थे खुला खर्चा करदे आ। पर इन्हां नूं इह नहीं हैगा साडे नाल गुरु का नाम जाना। पर गुरु के नाम का जपाउण वाले सिंघ नूं इह कदे एक रुपया भी नहीं दे के खुश हैगे, फिर साडा गुजारा कित्थों होऊगा जी जो साडे अपनी विरोधी बन के बह गए। सतनाम मैं तेरी गल समझदा, मेरी गल सुन, जिहड़े वह खर्चे करता वह तो अगले की मर्जी है, रही गल थोड़ी, सारा खर्चा सूनू गुरु घरों मिलता है, रोटी तो लैके चाह पानी तो लैके, रही गल दूजी डिपू चो सोनू कणक मिलती है, फिर भी तुम खर्चा कर दो, सरकारी स्कूल चे जवाक पढ़ते हैं, सूनू खर्चा है कितने, सबका 10 रुपये बनते ही ने, वो जाते कितने ने। प्रधान साहब खर्चे बहुत ने जी, 5000 रुपया तो माँ को पेंट दवाई लिए भेजा जी, गर्मी आ गई जी, हुण बच्चों भी कपड़ों की लोड़ आ, उन्होंने भी रुपये चाहिए आ, गवांढ़ियों के जवाक का जन्मदिन सी, जवाक आके रिहाड़ पै गए, कहिंदे भी असीं भी जन्मदिन मनाउणा केक कट्टणा। हुण ये दसो जी वह बच्चों दीआं भी कई ख्वाहिशां ने जिहड़ियां पूरियां माँ प्यो दे सिर ते हुंदियां, ये थोड़ो हुंदा है भी आपां एक मजबूरी दे विच अपनी एक दुख तकलीफां दे विच बच्चों के भी चा मार दईए। बहुत औखा जी, तुसीं 8000 रुपये नाल गुजारा करके देखो अपने घर का, फिर मैं देखूंगा जी किवें गुजारा हुंदा है। इन्ना धक्का ना किया जाए प्रधान साहब, खर्चा होर वधाया जाए मेरा, मैनू होर खर्चा दिता जाए। सतनाम आ गल कहेगा तू घेड़े जे पई जांदा है, ये कह भी मेरी तनखा वधा दिओ। प्रधान साहब मैं तुहाडे कोले हुण तनखा वधाउण लई नहीं आया, मैं एक परिवार दीआं लोड़ां लई आया, दवाई चाहीदी आ, मैं उहदे लई सुतों पैसे लैण आया। ओ सतनाम तैनू सारा ही पता है, देख 24 घंटे गुरु घर काम चलता है मिस्त्री का, ओए उत्थे देख महंगे तो महंगा पत्थर लगता, उहदे बारे तेरा की ख्याल है, वह भी तो संभाल करनी आ, सिर्फ असी एक प्रधानगी असी ध्यान च रखी आ भी हां असी प्रधान आ गुरु घर दे, कदे भी तुसी ए गल सोची प्रधान साहब भी एक ग्रंथी 8000 रुपये नाल गुजारा करी जांदा, उहदी 25-30000 रुपया तनखाह चाहीदी आ, वह किवें औखा च आपके बच्चे पाल रहा। एक गुरु घर के उत्ते करोड़ा रुपया ला के की साबित करना चाहते हो, गुरु साहब के बचन सीगे, गुरु की गोलक गरीब का मूँह कित्थे वरती जाती अजकल नहीं वरती जाती प्रधान साहब, सिर्फ पत्थर के उत्ते खर्चा किया जा रहा, कोई अज तक प्रचार वध्या सिखी का। जे तुसी चंगे ग्रंथी गुरु घर उन्होंने चंगी तनखाह दो, चंगा प्रचार वधाउण सिखी का, तो लोग कदे भी किसी होर अलग तो संस्थावां नाल डेरावाद नाल ना जुड़न, सिर्फ गुरु का प्रचार होवे सिखी का। तुसी उत्थे दा ध्यान ही नहीं दिता, सिर्फ कला गुरु घर के पत्थर लाने लई सोच लिया, कोई हस्पताल है चंगा, कोई चंगा स्कूल है बच्चों की पढ़ाई दे लई, कित्थे साडी सिखी दी साडी समुची मानवता की गल हुंदी होवे। ਉਹ ਗ੍ਰੰਥੀ ਸਿੰਘਾ ਤੂੰ ਗ੍ਰੰਥੀ ਸਿੰਘ ਬਣ ਕੇ ਰਹਿ, ਦੇਖ ਕਮੇਟੀ ਬਣੀ ਹੋਈ ਹੈ, ਕੱਲੀ ਮੈਂ ਨਹੀਂ ਤੇਰੀ ਤਨਖਾਹ ਬਣਾਈ, ਸਾਰੇ ਕਮੇਟੀ ਨੇ ਰਲ ਕੇ ਬਣਾਈ ਹੈ। ਪ੍ਰਧਾਨ ਸਾਹਿਬ ਕਮੇਟੀ ਨੇ ਬਣਾਈ ਆ, ਪਰ ਮੇਨ ਲੀਡ ਤੁਸੀਂ ਕਰ ਰਹੇ ਹੋ ਜੀ, ਤੁਸੀਂ ਉਹਨਾਂ ਨੂੰ ਸਮਝਾ ਵੀ ਸਕਦੇ ਹੋ, ਤੁਹਾਡੇ ਕਹਿਣ ਤੇ ਸਾਰਾ ਕੁਝ ਹੁੰਦਾ, ਤੁਹਾਡੇ ਸਾਈਨਾਂ ਤੋਂ ਬਿਨਾਂ ਕਦੇ ਵੀ ਕੋਈ ਗੁਰੂ ਘਰ 'ਚ ਕੰਮ ਨਹੀਂ ਹੋਇਆ ਜੀ। ਬਸ ਫਿਰ ਜਦੋਂ ਤੁਹਾਨੂੰ ਇੰਨਾ ਪਤਾ ਕਿ ਸਾਡੇ ਸਾਈਨਾਂ ਨਾਲ ਸਾਰਾ ਕੁਝ ਹੁੰਦਾ, ਤਾਂ ਇਹ ਸਾਰਾ ਕੁਝ ਗੁਰੂ ਘਰ ਦਾ ਏਮ ਹੀ ਹੁੰਦਾ। फिर इसे लिए तो मैं थोड़े मूहरे अरदास कर रहा जी, तुसी चंगी कोई सेध दिओ लोगों नू, चंगे पासे पैसा लाया जावे जी, वो ना के पत्थरां दे उत्ते गुरु घरां दे उत्ते इन्ना खर्चा किया जावे। गुरु की बाणी ने सानू सेध देनी आ, ना के इन्ना खर्चा करके असी गुरु घरां दे उत्ते उत्थों सानू उन्ना नहीं कुछ मिलना। साडे गुरु घर बहुत सोहणे बन चुके आ, बड़ा रुपया लग चुके गुरु घरां दे उत्ते, सानू लोड़ आ हुण सिखी का प्रचार वधाउण दी। गुरु ग्रंथ साहिब दे विच जो गल्लां दर्ज ने, जो गुरु साहब कह रहे हैं, असी वह गल्लां लोगों नूं कहीए, वह लोगों का प्रचार वधाईए लोगों के विच, फिर जाके साडी सिखी का प्रचार होगा। एवें नहीं प्रधान साहब जी प्रचार होना, ग्रंथी तो सारी दिहाड़ी दिमाग के उत्ते बोझ पा के एक गल ते फिरदा रहिंदा है भी मेरा परिवार नहीं चलता, उन्हूं एक पैसे पैसे की भुख आ। एक पास्यों असी नारा लाने राज करेगा खालसा, साडा ग्रंथी तो बेचारा गुरु घर तो चलता है, पिंड दे विच डाली मंगता है, कोई कहता साडी मज नहीं मिली, कोई कुछ बोलता साडी रोटी नहीं लही, कोई कुछ बोलता है, ये राज नहीं एवें होना, सानू अपने पहरा देना पऊगा सिखी दे, गुरु घर के सिद्धांतों के उत्ते पूरे खरे उतरना पैना, फिर जाके असी प्रचार वधा सकते हैं जी।
ਨਹੀਂ ਪ੍ਰਚਾਰ ਤੂੰ ਫਿਰ ਉੱਥੇ ਗੁਰੂ ਗ੍ਰੰਥ ਜਦੋਂ ਪੜ੍ਹਦਾ ਹੁੰਦਾ ਉਦੋਂ ਕਰਿਆ ਕਰਨਾ, ਹੁਣ ਤੂੰ ਮੇਰੇ ਤੇ ਕੱਲਾ ਕੋਈ ਝਾੜੀ ਜਾਂਦਾ। ਪ੍ਰਧਾਨ ਸਾਹਿਬ ਮੈਂ ਪ੍ਰਚਾਰ ਉੱਥੇ ਕਰਦਾ, ਮੈਂ ਬੜੀਆਂ ਗੱਲਾਂ ਸੁਣਾਉਣਾ, ਪਰ ਸਿਰਫ ਤੁਹਾਨੂੰ ਇੱਕ ਸਾਡੀ ਪ੍ਰਧਾਨਗੀ ਤੇ ਫੋਕੀ ਮੈਂ ਚਲੋ ਤੁਸੀਂ ਦਿਮਾਗ ਰੱਖਦੇ ਹੋ ਜੀ, ਮੇਰੀ ਤਾਂ ਕਦੇ ਤੁਸੀਂ ਕਦੇ ਕੋਈ ਗੱਲ ਹੀ ਨਹੀਂ ਸੁਣਦੇ। ਗੁਰੂ ਸਾਹਿਬ ਕੀ ਕਹਿੰਦੇ ਆ ਮੈਂ ਤੁਹਾਡੇ ਮੂਹਰੇ ਪਰੋਸ ਦਿੰਦਾ, ਪਰ ਤੁਸੀਂ ਸਿਰਫ ਆਪਦੇ ਕੰਮਾਂ ਕਾਰਾਂ ਚ ਆਪਦੀ ਫੋਕੀ ਚ ਉਧਰ ਚ ਰਹਿੰਦੇ ਹੋ ਜੀ। ਫੋਕੀ ਚ ਉਧਰ ਨੀ ਕਰਦੇ, ਅਸੀਂ ਗੁਰੂ ਘਰ ਨੂੰ ਦੇਖ ਲੈ ਥੱਲੇ ਤੋਂ ਲੈ ਕੇ ਤਾਹਾਂ ਤੱਕ ਕਿੰਨਾ ਕੁਛ ਲਾਤਾ, ਅਸੀਂ ਫੋਕੀ ਚ ਉਧਰ ਹੋ। ਪ੍ਰਧਾਨ ਸਾਹਿਬ ਉਹ ਸਾਰੀ ਦੁਨੀਆਂ ਨੂੰ ਦਿਖਦਾ ਗੁਰੂ ਘਰ ਬਣਿਆ, ਸਾਡਾ ਸਤਿਕਾਰ ਯੋਗ ਆ, ਗੁਰੂ ਘਰ ਬਹੁਤ ਸੋਹਣੇ ਬਣ ਗਏ। ਮੈਂ ਫੇਰ ਉਹੀ ਗੱਲ ਕਹਿਣਾ, ਅੱਜ ਸਾਨੂੰ ਪ੍ਰਚਾਰ ਵਧਾਉਣ ਦੀ ਲੋੜ ਆ। ਪ੍ਰਚਾਰ ਇਹੀ ਵਾਧਾ ਹੁੰਦਾ ਜਿਵੇਂ ਉਹ ਕਰਦਾ, ਹੁਣ ਤੈਨੂੰ ਲੋੜ ਮੁਤਾਬਕ ਪੈਸੇ ਵੀ ਮਿਲਦੇ, ਰੋਟੀ ਟੁੱਕ ਵੀ ਮਿਲਦਾ, ਕੋਈ ਖਰਚਾ ਨੀ ਤੇਰਾ, ਤੇ ਤੂੰ ਚੁੱਪ ਕਰਕੇ ਆਪਣਾ ਕੰਮ ਕਰ। ਚਲੋ ਠੀਕ ਆ ਜੀ ਪ੍ਰਧਾਨ ਸਾਹਿਬ, ਜਿਵੇਂ ਤੁਸੀਂ ਕਹਿੰਦੇ ਹੋ ਮੰਨ ਲੈਂਦੇ ਆ ਜੀ, ਤੁਸੀਂ ਪ੍ਰਧਾਨ ਹੋ ਗੁਰੂ ਘਰ ਦੇ, ਸਾਡੀ ਨਹੀਂ ਚੱਲਣੀ, ਸਾਨੂੰ ਇਹ ਪਤਾ। ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਗਦਾ ਇਹ ਗ੍ਰੰਥੀ ਦਾ ਵੀ ਦਿਮਾਗ ਖਰਾਬ ਹੋ ਗਿਆ, ਜਿਹੜਾ 2 ਮਹੀਨੇ ਆਉਂਦਾ ਉਹੀ ਆਪਦਾ ਪ੍ਰਚਾਰ ਝਾੜਨ ਲੱਗ ਜਾਂਦਾ। ਦੇਖਦਾ ਜਾ ਤੇਰਾ ਵੀ ਚੁਕਾਉਣਿਆ ਡੰਡਾ ਡੇਰਾ। ਲੈ ਮੈਂ ਤਾਂ ਆਸ ਲੈ ਕੇ ਆਇਆ ਸੀ ਪ੍ਰਧਾਨ ਸਾਹਿਬ ਕੋਲੇ ਵੀ ਮੈਨੂੰ 2 ਪੈਸੇ ਦੇ ਦੇਣਗੇ ਦਵਾਈ ਲਿਆਉਣ ਨੂੰ, ਪਰ ਨਹੀਂ ਦਿੱਤੇ ਪ੍ਰਧਾਨ ਸਾਹਿਬ ਨੇ। ਚਲੋ ਕੋਈ ਗੱਲ ਨੀ, ਦੇਖਦਾ ਮੇਰੇ ਕੋਲੇ 500-100 ਰੁਪਇਆ ਤਾਂ ਹੈਗਾ, ਚਲੋ ਉਹਦੀ ਦਵਾਈ ਲਿਆਵਾਂਗੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ। ਆ ਗਏ ਤੁਸੀਂ? ਹਾਂ ਮਨਪ੍ਰੀਤ ਆ ਗਿਆ ਮੈਂ। ਚੱਲੀਏ ਆਪਾਂ, ਬੱਚੇ ਵੀ ਤਿਆਰ ਬੈਠੇ ਨੇ ਤੇ ਮੈਂ ਵੀ ਤਿਆਰ ਸੀ। ਕਿੱਥੇ ਜਾਵਾਂਗੇ ਮਨਪ੍ਰੀਤ, ਪੈਸੇ ਤਾਂ ਮਿਲੇ ਨੀ। ਪੈਸੇ ਮਿਲੇ ਨੀ? ਤੁਸੀਂ ਕਿਹਾ ਨੀ ਉਹਨਾਂ ਨੂੰ? ਕਿਹਾ ਸੀ ਮੈਂ ਪੈਸਿਆਂ ਨੂੰ, ਉਹਨਾਂ ਨੇ ਤਾਂ ਅੱਗੋਂ ਮੈਨੂੰ ਉਹਦਾ ਭਾਸ਼ਣ ਸੁਣਾਤਾ। ਭਾਸ਼ਣ ਸੁਣਾਤਾ ਕਿਉਂ? ਉਹ ਕਹਿੰਦੇ ਤੁਹਾਡੀਆਂ ਕੀ ਲੋੜਾਂ ਨੇ, ਸਾਰਾ ਤੁਸੀਂ ਗੁਰੂ ਘਰ ਤਾਂ ਖਾਂਦੇ ਪੀਂਦੇ ਹੋ, ਗੁਰੂ ਘਰ ਰਹਿੰਦੇ ਹੋ। ਲੈ ਜੇ ਗੁਰੂ ਘਰ ਖਾਣੇ ਪੀਨੇ ਆ, ਗੁਰੂ ਘਰ ਨਾਲ ਆਪਣਾ ਘਰ ਚੱਲਦਾ, ਤਾਂ ਇਹਦਾ ਮਤਲਬ ਇਹ ਤਾਂ ਨੀ ਵੀ ਆਪਣੀਆਂ ਕੋਈ ਲੋੜਾਂ ਨੀ, ਜ਼ਰੂਰਤਾਂ ਨੀ ਹੈਗੀਆਂ। 8000 ਤਨਖਾਹ ਨਾ ਆਪਾਂ ਕੀ ਕਰ ਲਾਂਗੇ, ਤੁਹਾਡੇ ਸਾਹਮਣੇ ਆ। 4000 ਤਾਂ ਆਪਾਂ ਪਿੰਡ ਮੰਮੀ ਨੂੰ ਭੇਜਦੇ ਹਾਂ ਵੀ ਉਹ ਆਪਣੀ ਦਵਾਈ ਵਗੈਰਾ ਲੈ ਲੈਣ, ਉਹਨਾਂ ਦੀਆਂ ਵੀ ਲੋੜਾਂ ਨੇ। 4000 ਨਾਲ ਆਪਾਂ ਕੀ ਕਰ ਲਾਂਗੇ, ਬੱਚਿਆਂ ਦੇ ਵੀ 100 ਚੌ ਨੇ, ਆਪਣਾ ਵੀ ਕੋਈ ਲੀੜਾ ਕੱਪੜਾ ਹੁੰਦਾ। ਹੁੰਦਾ ਤਾਂ ਹੈ, ਪਰ ਉਹਨਾਂ ਨੂੰ ਇਹ ਗੱਲ ਦਾ ਕੋਈ ਜ਼ਰਾ ਫਰਕ ਨਹੀਂ ਪਿਆ, ਉਹ ਤਾਂ ਸਿਰਫ ਆਪਦੀਆਂ ਗੱਲਾਂ 'ਚ ਮਸਤ ਰਹੇ। ਮੇਰੀ ਤਾਂ ਉਹਨਾਂ ਨੇ ਕੋਈ ਵੀ ਗੱਲ ਸੀਰੀਅਸ ਧਿਆਨ 'ਚ ਨਹੀਂ ਲੈਤੀ ਵੀ ਗੁਰੂ ਘਰ ਦੇ ਵਜ਼ੀਰ ਆ, ਇੱਥੇ ਕੰਮ ਧੰਦਾ ਕਰਦੇ ਆ, ਸਾਰੀ ਦਿਹਾੜੀ ਇੱਥੇ ਰਹਿੰਦੇ ਆ, ਇਹਨਾਂ ਦਾ ਜਿਉਣਾ ਮਰਨਾ ਇੱਥੇ ਹੀ ਆ, ਵੀ ਇਹਨਾਂ ਨੇ ਆਪਦੇ ਕੋਈ ਚਾਹ ਹੁੰਦੇ, ਆਪਦੀਆਂ ਘਰ ਦੀਆਂ ਲੋੜਾਂ ਹੁੰਦੀਆਂ ਪੂਰੀਆਂ ਕਰਨੀਆਂ ਹੁੰਦੀਆਂ, ਪਰ ਉਹਨਾਂ ਦੇ ਸਿਹਤ 'ਤੇ ਕੋਈ ਅਸਰ ਨਹੀਂ ਪਿਆ ਕਿਸੇ ਗੱਲ ਦਾ। ਇਹ ਕਿਵੇਂ ਹੋ ਸਕਦਾ ਵੀ ਉਹ ਆਪਣੀ ਗੱਲ ਨਾ ਸਮਝਣ? ਉਹਨਾਂ ਨੂੰ ਸਮਝਣਾ ਚਾਹੀਦਾ ਵੀ 8000 ਨਾਲ ਆਪਾਂ ਕਿੰਨਾ ਕੁ ਚਿਰ ਘਰ ਚਲਾ ਲਾਂਗੇ, 8000 ਨਾਲ ਤਾਂ ਕਿਸੇ ਦਾ ਵੀ ਘਰ ਨਹੀਂ ਚੱਲਦਾ, ਤੁਸੀਂ ਆਪ ਸਿਆਣੇ ਹੋ, ਤੁਸੀਂ ਉਹਨਾਂ ਨੂੰ ਕਿਹਾ ਨੀ? ਉਹਨਾਂ ਨੂੰ ਤਾਂ ਇਹ ਲੱਗਦਾ ਵੀ ਰੋਟੀ ਇੱਥੋਂ ਖਾਣੀ ਆ, ਦੁੱਧ ਇੱਥੋਂ ਮਿਲਦਾ, ਸਾਰਾ ਕੁਛ ਇਹਨਾਂ ਦਾ ਪਰਿਵਾਰ ਇੱਥੋਂ ਚੱਲੀ ਜਾਂਦਾ, ਉਹਨਾਂ ਨੂੰ ਇਹ ਗੱਲਾਂ ਦਾ ਨੀ ਧਿਆਨ ਹੈਗਾ ਵੀ ਅਸੀਂ ਬੱਚਿਆਂ ਦੀਆਂ ਫੀਸਾਂ ਵੀ ਭਰਨੀਆਂ, ਅਸੀਂ ਆਪਦੇ ਜਵਾਕਾਂ ਦਾ ਵੀ ਕੋਈ ਭਵਿੱਖ ਬਣਾਉਣਾ। ਉਹਨਾਂ ਦੇ ਜਵਾਕ ਵੱਡੇ ਵੱਡੇ ਸਕੂਲਾਂ 'ਚ ਪੜ੍ਹਦੇ ਆ, ਸਾਡੇ ਤਾਂ ਇੱਕ ਸਰਕਾਰੀ ਸਕੂਲ 'ਚ ਜਵਾਕ ਪੜ੍ਹਦੇ ਆ, ਸੱਥ ਤੋਂ ਉੱਥੇ ਵੀ ਨੀ ਫੀਸਾਂ ਭਰ ਹੁੰਦੀਆਂ। ਚਲੋ ਮੰਨਦੇ ਹਾਂ ਕਿ ਆਪਣੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਨੇ, ਖਰਚੇ ਘੱਟ ਨੇ, ਫਿਰ ਹੁਣ ਆਪਣੇ ਵੀ ਤਾਂ ਹੋਰ ਖਰਚੇ ਨੇ। ਚਲੋ ਲੀੜੇ ਕੱਪੜੇ ਨੂੰ ਛੱਡੋ, ਦਵਾਈਆਂ ਬਿਨਾਂ ਤਾਂ ਸਰਦਾ ਨੀ, ਦਵਾਈ ਬੂਟੀ ਨੀ ਲਵਾਂਗੇ, ਸਰੀਰ ਤੰਦਰੁਸਤ ਨੀ ਰਹੂਗਾ, ਤਾਂ ਟਾਈਮ ਨਾਲ ਉੱਠਾਂਗੇ ਕਿਵੇਂ, ਫਿਰ ਹੋਰ ਕੰਮ ਕਾਜ ਕਿਵੇਂ ਕਰਾਂਗੇ? ਇਹ ਤਾਂ ਤੁਸੀਂ ਸਿਆਣੇ ਹੋ ਨਾ, ਇਹ ਤਾਂ ਤੁਹਾਨੂੰ ਵੀ ਸਮਝ ਹੋਣੀ ਚਾਹੀਦੀ ਹੈ, ਇਹ ਗੱਲ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ। ਉਹ ਇਹ ਗੱਲ ਕਾਹਤੋਂ ਨੀ ਸਮਝਦੇ? ਮੇਰੀ ਤਾਂ ਗੱਲ ਇਹ ਸਮਝ ਚੋਂ ਬਾਹਰ ਹੋਈ ਪਈ ਹੈ। ਫਿਰ ਬੱਚਿਆਂ ਦੇ ਕੱਪੜਿਆਂ ਲੱਗੀ ਬਣੂ, ਮੈਂ ਤਾਂ ਉਹਨਾਂ ਨੂੰ ਕਹਿ ਰੱਖਿਆ ਸੀ ਵੀ ਤੁਹਾਡੇ ਜਨਮ ਦਿਨ ਦੇ ਉੱਤੇ ਤੁਹਾਨੂੰ ਨਵੇਂ ਕੱਪੜੇ ਲਿਆ ਕੇ ਦਿਓ, ਹੁਣ ਉਹਨਾਂ ਦੇ ਜਵਾਕਾਂ ਦੇ ਦਿਲ ਤੇ ਨੀ ਗੱਲ ਕੋਈ ਲੱਗੂਗੀ, ਜਦੋਂ ਕਿਸੇ ਹੋਰ ਜਵਾਕਾਂ ਦਾ ਕੋਈ ਜਨਮ ਦਿਨ ਹੁੰਦਾ, ਜਵਾਕ ਦੇਖ ਕੇ ਉਹ ਚੀਜ਼ਾਂ ਨੂੰ ਉਵੇਂ ਘਰੇ ਮੰਗਦਾ ਕਿ ਮੰਗਦਾ ਕਰਦਾ ਹੀ ਆ ਨਾ, ਹੁਣ ਜਵਾਕਾਂ ਦਾ ਦਿਲ ਨੀ ਟੁੱਟੂਗਾ।
चलो बच्चन ने किया आपे रो के चुप कर जाएंगे, जे वाहेगुरु ने चाहिया तो कपड़े भी लिया देंगे, समझाए तो समझ जाएंगे। बच्चे रीस करते सी केक मंगते सीगे, मैं समझाता सी भी कपड़े लिया देंगे, चलो हूँ वो भी नहीं दिखते, चल बच्चे तो आपे समझाए तो मन जाएंगे। गल तो उन्होंने समझन की है तो होर लोड़ा की है, पूरी तो करनी ही ने। बाकी तो ये लोग सोचते हैं भी बड़े बड़े ग्रंथी गुरु घर के होंगे जेडे उन्हां वांगू इन्हां नूं पैसा बनता, पर नहीं असी तो पाठ करते हैं अरदास बेनती करते हैं पर साडे कोले उन्हां जिनी आमदन तो है नहीं, साडे कोले खर्चे वध ने, उन्हां नूं आमदन ज्यादा आ ते खर्चा उन्हां दा फिर भी चल जाता। ये तो है भी खर्चे बराबर दे ने ते आमदन अपनी घट है, पर ये लोग ये गल्लां नहीं ना समझते। चलो छड्डो तुसी ना हुण कल्ले जाके दवाई ले आओ, थोड़ी दवाई जरूरी है, बच्चे नूं तां आपां फिर भी समझा लांगे। दवाई ले भी किसे तों होर पैसे फड़ने पैणगे, हुण उन्हां ने तां दित्ते नहीं। चलो कोई गल नहीं, किसे तों उधार फड़ लो फिर दे दांगे। अपनियां रिपोर्टां तां लै जाओ। फिर आओगे वापस लैण, इन्हां बिना दवाई कौन दऊगा। चलो परमात्मा करे पैसे मिल जाना, इन्हां दी दवाई आ जाए, जे इन्हां दी सेहत ठीक रहूगी तां ही इह गाह पाठ करन जाणगे, जे किते जाणगे तां ही चार पैसे आउणगे। सति श्री अकाल बाबा जी। सति श्री अकाल बाबी। एक अपने गवांढ च मर गई होगी, सिक्क तां अरदास करनी, एक बेनती जी करनी सीगी। ਉਹ ਮੈਂ ਤਾਂ ਭਾਈ ਦਵਾਈ ਲੈਣ ਚੱਲਿਆ ਸੀ, ਤੂੰ ਦੂਜੇ ਗੁਰੂ ਘਰ ਵਾਲੇ ਗ੍ਰੰਥੀ ਨੂੰ ਲੈ ਜਾ। ਬਾਬਾ ਤਨਖਾਹ ਅਸੀਂ ਤੈਨੂੰ ਦਿੰਦੇ ਹਾਂ, ਗ੍ਰੰਥੀ ਤੂੰ ਸਾਡੇ ਗੁਰੂ ਘਰ ਦਾ, ਅਸੀਂ ਉਹਨੂੰ ਕਿਵੇਂ ਕਹਿ ਦਈਏ। ਭਾਈ ਜੇ ਤੁਸੀਂ ਆ ਸਾਡੇ ਤੁਹਾਡੇ ਗੁਰੂ ਘਰ ਵਾਲੀ ਗੱਲ ਰੱਖੀ ਆ ਨਾ, ਤੁਸੀਂ ਜਾਤਾਂ ਪਾਤਾਂ 'ਚ ਵੜ ਗਏ, ਤਾਂ ਉਹ ਗੁਰੂ ਘਰ ਪਿੰਡ ਦੇ ਵਿੱਚ ਪੰਜ ਪੰਜ ਨੇ। ਅੱਗੇ ਕਿੰਨਾ ਸੋਹਣਾ ਮਾਹੌਲ ਹੁੰਦਾ ਸੀ, ਸਾਰੇ ਇੱਕ ਭਾਂਡੇ ਬਹਿ ਕੇ ਖਾਂਦੇ ਸੀ, ਹੁਣ ਤੁਸੀਂ ਉਹ ਸਾਡਾ ਗੁਰੂ ਘਰ ਆ, ਉਹ ਤੁਹਾਡਾ ਗੁਰੂ ਘਰ ਹੈ, ਗੁਰੂ ਇੱਕ ਹੈ, ਗੁਰੂ ਕਦੇ ਦੋ ਨਹੀਂ ਹੋਏ। ਤੁਸੀਂ ਕਿਉਂ ਵੰਡੀਆਂ ਪਾ ਕੇ ਸਾਡੇ ਸਮਾਜ ਨੂੰ ਵੰਡਤਾ, ਸਾਡੇ ਸਾਰਿਆਂ ਦਾ ਖੂਨ ਇੱਕ ਹੈ, ਤੇਰਾ ਖੂਨ ਕੱਢ ਲਾ ਮੇਰਾ ਕੱਢ ਲਾ, ਲਾਲ ਹੀ ਨਿਕਲੂਗਾ, ਖੂਨ ਦੇ ਵਿੱਚ ਕੋਈ ਫਰਕ ਨਹੀਂ, ਸੋਚ 'ਚ ਫਰਕ ਆ, ਨਾ ਗੁਰੂ ਨੂੰ ਵੰਡੋ। ਬਾਬਾ ਆ ਜਾ ਭਾਸ਼ਣ ਨਾ ਦੇ ਯਾਰ। ਕੀ ਕਰੀਏ ਯਾਰ, ਆਪਦੀ ਕੋਈ ਦਵਾਈ ਬੂਟੀ ਲੈਣ ਦਾ ਵੀ ਟਾਈਮ ਨਹੀਂ, ਕੋਈ ਵੀ ਆਪਦਾ ਕੰਮ ਨਹੀਂ ਕਰ ਸਕਦੇ, ਹਰ ਵਕਤ ਗੁਰੂ ਘਰ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰਦੇ ਆ, ਆਪਦੀਆਂ ਕੋਈ ਦਵਾਈਆਂ, ਆਪਦੇ ਪਰਿਵਾਰ ਦੀਆਂ ਕੋਈ ਲੋੜਾਂ ਵੀ ਦੇਖਣੀਆਂ, ਕਿਸੇ ਟਾਈਮੇ ਤਾਂ ਗ੍ਰੰਥੀ ਨੂੰ ਕੋਈ ਟਾਈਮ ਤਾਂ ਛੁੱਟੀ ਹੋਣੀ ਚਾਹੀਦੀ ਆ, ਉਹ ਆਪਦੇ ਘਰ ਦੇ ਕੰਮ ਕਰ ਸਕੇ, ਆਪਦੇ ਬੱਚਿਆਂ ਦੇ ਵਿੱਚ ਖੁਸ਼ੀਆਂ ਮਨਾ ਸਕੇ। ਬਸ ਅੱਜ ਫੇਰ ਰਹਿ ਗਈ ਤੁਹਾਡੀ ਦਵਾਈ। ਸਾਡੇ ਨਾਲ ਤਾਂ ਮਨਪ੍ਰੀਤ ਨੈਤੀ ਇਹ ਕੁਛ ਹੁੰਦਾ, ਇਹ ਕੋਈ ਅੱਜ ਕੋਈ ਨਵਾਂ ਦਿਨ ਨਹੀਂ ਹੈਗਾ, ਨਾਲੇ ਤਾਂ ਸਾਨੂੰ ਕਹਿੰਦੇ ਆ ਜਾਓ ਕੰਮ ਕਰ ਲਓ, ਤੁਹਾਨੂੰ ਛੁੱਟੀ ਹੈ, ਨਾਲੇ ਇੱਕ ਮਿੰਟ ਦੀ ਵੀ ਛੁੱਟੀ ਨਹੀਂ। ਲੈ ਫੜ, ਚੱਲ ਜਾ ਆਓ, ਕਰਿਓ ਅਰਦਾਸ, ਆਪਾਂ ਤਾਂ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ ਅਤੇ ਉਹ ਮੰਨਣਾ ਹੀ ਪੈਣਾ, ਜਿੱਥੇ ਵਾਹਿਗੁਰੂ ਰੱਖੇ ਉੱਥੇ ਰਹਿਣਾ ਪੈਂਦਾ। ਚਲੋ ਛੇਤੀ ਛੇਤੀ ਨਿਬੇੜੀਏ ਕੰਮ ਚੱਲ ਕੇ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਸਟਰ ਜੀ, ਹੋਰ ਠੀਕ ਹੋ? ਹਾਂਜੀ ਹਾਂ ਵਧੀਆ, ਤੁਸੀਂ ਦੱਸੋ? ਠੀਕ ਹੈ ਮਾਸਟਰ ਜੀ। ਅੱਜ ਕਿਵੇਂ ਸੁਦੇਹੀ ਆਵੜੇ? ਤੁਹਾਨੂੰ ਪਤਾ ਹੀ ਆ, ਅੱਜ ਅੱਧੀ ਛੁੱਟੀ ਤੋਂ ਬਾਅਦ ਸਰਕਾਰ ਕਹਿੰਦੀ ਵੋਟਾਂ ਬਣਾਓ। ਅੱਛਾ ਹਾਂ, ਸਰਕਾਰ ਕਿਹੜਾ ਸਾਥੋਂ ਇੱਕ ਕੰਮ ਲੈਂਦੀ ਆ, ਕਦੇ ਕੁਛ ਕਰ ਦੋ ਕਦੇ ਕੁਛ ਕਰ ਦੋ। ਓਏ ਉਹ ਤਾਂ ਠੀਕ ਹੈ ਮਾਸਟਰ ਜੀ, ਸਰਕਾਰ ਦਾ ਹੱਕ ਵੀ ਬਣਦਾ ਹੈ, ਸੁੱਖ ਨਾਲ 80,000 ਰੁਪਇਆ ਤਨਖਾਹ ਵੀ ਦਿੰਦੇ ਆ ਤੁਹਾਨੂੰ। ਪ੍ਰਧਾਨ ਜੀ ਉਹ ਗੱਲ ਤਾਂ ਠੀਕ ਹੈ ਤੁਹਾਡੀ, ਪਰ ਕੰਮ ਦਾ ਕੋਈ ਟਾਈਮ ਵੀ ਹੋਵੇ, ਇਹਨਾਂ ਦਾ ਤਾਂ ਕੋਈ ਟਾਈਮ ਹੀ ਨਹੀਂ ਹੈਗਾ ਸਰਕਾਰ ਦਾ। ਉਹ ਸਰਕਾਰਾਂ ਦੇ ਕਦੇ ਟਾਈਮ ਹੁੰਦੇ ਨੇ, ਇਹ ਤਾਂ ਉਹੀ ਗੱਲ ਆ ਕਿ ਗੌਰਮੈਂਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਤੇ ਤੂੰ ਸਤਨਾਮ ਕਹਿੰਦਾ ਸੀ ਮੈਂ ਦਵਾਈ ਲੈਣ ਜਾਂਦਾ, ਆਇਆ ਤੂੰ ਸ਼ਮਸ਼ਾਨ ਘਾਟ ਚੋਂ? ਹੈ ਪ੍ਰਧਾਨ ਸਾਹਿਬ ਦਵਾਈ ਲੈਣ ਚੱਲਿਆ ਸੀਗਾ ਜੀ, ਫਿਰ ਮੈਨੂੰ ਅਚਾਨਕ ਉਹਨਾਂ ਦਾ ਮੁੰਡਾ ਆ ਕੇ ਖੜੇ ਪੈ ਗਿਆ, ਕਹਿੰਦਾ ਤੂੰ ਸਾਡੇ ਗੁਰੂ ਘਰ ਦਾ ਗ੍ਰੰਥੀ, ਚੱਲ ਉੱਥੇ। ਫਿਰ ਮੈਂ ਕੀ ਕਰਾਂ ਜੀ, ਜਦੋਂ ਉਹਨੇ ਸਾਡੇ ਗੁਰੂ ਘਰ ਦਾ ਕਹਿਤਾ ਤਾਂ ਫਿਰ ਮੈਨੂੰ ਇਹ ਲੱਗਿਆ ਵੀ ਭਾਈ ਮੈਂ ਇਹਨਾਂ ਦਾ ਬੰਨਿਆ ਹੋਇਆ, ਮੈਨੂੰ ਜਾਣਾ ਹੀ ਪੈਣਾ। ਉਹ ਤਾਂ ਖੈਰ ਠੀਕ ਹੈ, ਪਰ ਮੇਰੇ ਕੋਲ ਕੋਈ ਝੂਠ ਬੋਲਦਾ ਹੁੰਦਾ ਵੀ ਮੈਂ ਦਵਾਈ ਲੈਣ ਜਾਣਾ, ਮੈਨੂੰ ਪੈਸੇ ਚਾਹੀਦੇ ਆ, ਜਾਂਦਾ ਕਿਤੇ ਕਰਦਾ ਕੀ ਹੈ ਤੂੰ? ਨਹੀਂ ਜੀ ਪ੍ਰਧਾਨ ਸਾਹਿਬ, ਮੈਂ ਤੁਹਾਡੇ ਕੋਲ ਝੂਠ ਨਹੀਂ ਬੋਲਿਆ, ਮੈਂ ਦਵਾਈ ਲੈਣ ਜਾਣਾ ਸੀ, ਮੈਂ ਹੁਣ ਵੀ ਦਵਾਈ ਨੂੰ
जान का इरादा बना जे मेरे को टाइम निकले पर मैं लगता नहीं मेरे को टाइम निकलेगा। टाइम निकले और देख ला जाके मैट सारे धोन आए पे ने आसे पासे तो सारा पालकी दे लवे तो कि कुछ होया पे उन्होंने जाके संभाल रुमाले देख किन्ने तह मारन वालिया पई तू तो बस उ करता रहना बिना मतलब तो मैं दवाई लियानी है मैं लिया झूठ बोलते रहने हर वक्त। फिर प्रधान साहब यही तो गल है जी ਤੁਸੀਂ ਕੰਮ ਮੈਨੂੰ 20 ਗਣਾਤੇ ਮੈਂ ਦਵਾਈ ਲੈਣ ਕਿਹੜੇ ਵੇਲੇ ਜਾਊਂਗਾ ਜੀ। ਲੈ ਉਹ 20 ਕਿਹੜੇ ਨੇ ਤੜਕੇ ਪਾਠ ਕਰਦਾ ਆ ਡਾਲੀ ਲੈ ਕੇ ਆਉਣਾ ਉਹ ਵੀ ਆਪਦੇ ਖਾਤਰ ਲੈ ਕੇ ਆਉਣਾ ਕੰਮ ਕਿਹੜੇ ਨੇ ਤੁਹਾਡੇ ਕੋਲੇ ਸਾਰਾ ਦਿਨ ਵਿਹਲਾ ਰਹਿੰਦਾ ਤੂੰ। ਪ੍ਰਧਾਨ ਜੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਵੀ ਤੁਸੀਂ ਗੁਰੂ ਘਰ ਦਾ ਸਾਰਾ ਕਾਰੋਬਾਰ ਸਾਂਭਦੇ ਹੋ ਵੀ ਤੁਹਾਨੂੰ ਮੇਰੀਆਂ ਮਜਬੂਰੀਆਂ ਤੇ ਮੇਰੇ ਕੰਮਾਂ ਦਾ ਪਤਾ ਨਾ ਹੋਵੇ ਕਿੰਨੇ ਟਾਈਮ 'ਚ ਕਿਹੜਾ ਕੰਮ ਨਿਬੜਦਾ। ਤੁਸੀਂ ਪ੍ਰਧਾਨ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਸਵੇਰੇ ਗੁਰੂ ਘਰ ਤੁਸੀਂ ਕਿੰਨੇ ਵਜੇ ਆਉਂਦੇ ਹੋ ਜੀ। ਕਿਉਂ ਇਹਦਾ ਕੀ ਮਤਲਬ ਆ ਅਸੀਂ ਜਦੋਂ ਮਰਜ਼ੀ ਆਈਏ ਮੇਰੀ ਮਰਜ਼ੀ ਆ ਤਾਂ ਜਦੋਂ ਮੇਰੇ ਚੱਤ ਕਰੂ ਉਦੋਂ ਆਉਂ ਮੈਂ। ਪ੍ਰਧਾਨ ਸਾਹਿਬ ਇਹ ਤਾਂ ਤੁਹਾਡੀ ਗੱਲ ਤੇ ਤੁਹਾਡੀ ਮਰਜ਼ੀ ਚੱਲਦੀ ਆ ਜੀ ਜਦੋਂ ਸਵੇਰੇ 4 ਵਜ ਜਾਂਦੇ ਆ ਨਾ ਜੀ ਮੈਂ ਗੁਰੂ ਘਰ ਬੋਲਦਾ ਬਾਰ ਬਾਰ ਉੱਠਣ ਲਈ ਕਹਿਣਾ ਸਾਰੇ ਪਿੰਡ ਨੂੰ ਉੱਥੇ ਫਰਜ਼ ਤਾਂ ਬਣਦਾ ਪ੍ਰਧਾਨ ਦਾ ਤੇ ਕਮੇਟੀ ਦਾ ਆਉਣ ਦਾ ਜਦੋਂ ਮੈਂ ਗੁਰੂ ਸਾਹਿਬ ਨੂੰ ਸੱਚਖੰਡ ਦੇ ਵਿੱਚੋਂ ਲੈਣ ਜਾਣਾ ਜੀ ਉਦੋਂ ਮੈਂ ਇਕੱਲਾ ਗੁਰੂ ਸਾਹਿਬ ਨੂੰ ਸੰਭਾਲਾਂ ਜਾਂ ਮੈਂ ਚੌਰ ਫੇਰਾਂ ਤੁਸੀਂ ਸਿਰਫ ਸਾਰੇ ਸੌਂਦੇ ਹੋ ਜੀ 8-9 ਵਜੇ ਤਕਰੀਬਨ ਤੁਸੀਂ ਆਉਨੇ ਹੋ ਉਦੋਂ ਸਿਰਫ ਆ ਕੇ ਤੁਸੀਂ ਕੱਲੀ ਚੌਧਰ ਕਰਦੇ ਹੋ ਵੀ ਮੇਰੇ ਤੇ ਜੀ। ਉਹ ਤੇਰੇ ਤੇ ਚੌਧਰ ਨਹੀਂ ਕਰਦੇ ਨਾਲੇ ਜਿਹੜੀ ਸਵੇਰੇ ਸੇਵਾ ਸੰਭਾਲਣੀ ਆ ਉਹ ਤਾਂ ਗ੍ਰੰਥੀ ਸਿੰਘ ਦਾ ਹੀ ਕੰਮ ਹੁੰਦਾ ਨਾ ਕਿ ਸਾਰਿਆਂ ਦਾ। ਨਹੀਂ ਜੀ ਜੇ ਕੋਈ 19-21 ਤੇ ਕੋਈ ਘਟਨਾ ਵਾਪਰਦੀ ਆ ਉਸ ਤੋਂ ਬਾਅਦ ਚ ਤੁਸੀਂ ਸਾਰਿਆਂ ਨੇ ਗ੍ਰੰਥੀ ਦਾ ਗੱਲ ਫੜ ਲੈਣਾ ਤੁਸੀਂ ਇਹ ਤਾਂ ਨਹੀਂ ਸੋਚਣਾ ਵੀ ਉਹ ਕੱਲਾ ਸੀ ਉੱਥੇ ਉਹ ਤੋਂ ਨਹੀਂ ਸਿਸਟਮ ਸੰਭਾਲਿਆ ਜਾਂਦਾ ਨਾਲ ਲੱਗਣਾ ਫਰਜ਼ ਵੀ ਬਣਦਾ। ਉਹ ਕਿਧਰੇ ਨਹੀਂ ਘਟਨਾ ਵਾਪਰਦੀਆਂ ਅਸੀਂ ਹੈਗੇ ਆ ਜੇ ਅਸੀਂ ਗੁਰੂ ਘਰ ਨਹੀਂ ਹੁੰਦੇ ਤਾਂ ਅਸੀਂ ਬਾਹਰ ਵੀ ਨਿਗਾ ਉਹਨੂੰ ਹੀ ਆ ਸਾਡੀ ਵੀ ਗੁਰੂ ਘਰ ਚ ਕੀ ਹੋ ਰਿਹਾ। ਚਲੋ ਠੀਕ ਆ ਜੀ ਪ੍ਰਧਾਨ ਸਾਹਿਬ ਮੈਂ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ ਜੀ। ਬਰਾਬਰੀ ਕਰ ਵੀ ਨਹੀਂ ਸਕਦਾ ਤੂੰ ਗ੍ਰੰਥੀ ਸਿੰਘ ਹੈ ਗ੍ਰੰਥੀ ਸਿੰਘ ਬਣ ਕੇ ਰਿਹਾ ਕਰ। ਲੈ ਦੇਖ ਲਓ ਮਾਸਟਰ ਜੀ ਕੱਲਾ ਪਾਠ ਹੀ ਕਰਨਾ ਇਹਨੇ। ਨਹੀਂ ਪ੍ਰਧਾਨ ਜੀ ਇਹਨਾਂ ਦੀ ਬਾਬਾ ਜੀ ਦੀ ਗੱਲ ਬਿਲਕੁਲ ਸਹੀ ਆ ਬਾਣੀ ਪੜ੍ਹਨਾ ਹਰੇਕ ਦੇ ਬਸ ਦਾ ਗੱਲ ਨਹੀਂ ਪਾਠ ਕਰਨਾ ਪਾਠ ਤਾਂ ਹਰੇਕ ਮੇਰੇ ਵਰਗਾ ਵੀ ਕਰ ਲੈਂਦਾ ਬਾਣੀ ਪੜ੍ਹਨੀ ਉਹਦੇ ਸ਼ਬਦਾਂ ਨੂੰ ਸਹੀ ਉਚਾਰਨਾ ਸ਼ੁੱਧ ਪਾਠ ਕਰਨਾ ਹਰੇਕ ਦੇ ਬਸ ਦੀ ਗੱਲ ਨਹੀਂ ਜੇ ਹਰੇਕ ਦੇ ਬਸ ਦੀ ਗੱਲ ਹੁੰਦੀ ਨਾ ਤਾਂ ਘਰ ਘਰ ਗ੍ਰੰਥੀ ਹੁੰਦੇ ਇਹ ਗੁਰੂ ਘਰ ਦਾ ਵਜ਼ੀਰ ਆ ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਆ ਕੱਲਾ ਇਹੀ ਬੰਦਾ ਜਿਹੜਾ ਸਾਡੇ ਸਾਰੇ ਪਿੰਡ 'ਚ ਧਰਮ ਦਾ ਪ੍ਰਚਾਰ ਕਰਦਾ ਆਪਾਂ ਤਾਂ ਸਿਰਫ ਤੂੰ ਮੈਂ ਤਾਂ ਗੱਲਾਂ ਵਾਲੇ ਹਾਂ। ਮਾਸਟਰ ਜੀ ਮੈਂ ਇਹੀ ਗੱਲ ਪ੍ਰਧਾਨ ਸਾਹਿਬ ਨੂੰ ਕਈ ਵਾਰ ਕਹੀ ਆ ਵੀ ਸਾਨੂੰ ਪ੍ਰਚਾਰ ਵਧਾਉਣ ਦੀ ਲੋੜ ਆ ਤੁਸੀਂ ਇੱਕ ਗੱਲ ਦੇਖੋ ਜੀ ਜਿਹੜੇ ਕਹਿੰਦੇ ਇਹ ਬੂਟਿਆਂ ਨੂੰ ਪਾਣੀ ਲਾਉਣਾ ਜਾਂ ਗੁਰੂ ਘਰ 'ਚ ਮੈਟਾਂ ਦਾ ਕੰਮ ਕਰਨਾ ਤਨਖਾਹ ਤਾਂ ਮੈਨੂੰ 8,000 ਰੁਪਇਆ ਦਿੰਦੇ ਆ ਕੰਮ ਮੈਥੋਂ ਇਹ 35-40,000 ਰੁਪਇਆ ਵਾਲਾ ਲੈਂਦੇ ਆ ਉਹੀ ਤਨਖਾਹ ਇਹ ਮੇਰੀ ਵਧਾ ਦੇਣ ਜਾਂ ਭਾਈ ਕੋਈ ਬੰਦਾ ਰੱਖ ਲੈਣ ਜਿਹੜਾ ਕਿ ਕੰਮ ਇਹ ਉਹ ਤੋਂ ਕਰਵਾ ਸਕਣ ਇਹ ਸਾਰਾ ਕੰਮ ਮੈਥੋਂ ਭਾਲਦੇ ਆ। ਮੈਂ ਦੱਸੋ ਪਾਠ ਕਰਾਂ ਜਾਂ ਗੁਰੂ ਘਰ ਦੇ ਕੰਮ ਕਰਾਂ ਮੇਰੇ ਕੋਲ ਬਿੰਦ ਗਵਾਹ ਦਾ ਕੋਈ ਨਾ ਕੋਈ ਆ ਜਾਂਦਾ ਹੈ ਕੋਈ ਤਾਂ ਕਹਿੰਦਾ ਮੇਰਾ ਕੁੱਤਾ ਗਮਾ ਚ ਗਿਆ ਕੋਈ ਕਹਿੰਦਾ ਮੇਰਾ ਸੰਗਲ ਗਮਾ ਚ ਗਿਆ ਗੁਰੂ ਘਰ ਅਲੌਸਮੈਂਟ ਕਰੋ ਮੈਂ ਤਾਂ ਸਾਰੀ ਦਿਹਾੜੀ ਗੁਰੂ ਘਰਾਂ ਦੇ ਕੰਮ ਛੱਡ ਕੇ ਪ੍ਰਚਾਰ ਨੂੰ ਛੱਡ ਕੇ ਲੋਕਾਂ ਦੇ ਕੰਮਾਂ ਕਰਾਂ ਪਿੱਛੇ ਸੰਘ ਪੜੀ ਜਾਂਦਾ ਤੇ ਬੋਲੀ ਜਾਂਦਾ। ਦੇਖ ਸਤਨਾਮ ਤੂੰ ਕਹਿੰਦਾ ਨਾ ਵੀ ਸੰਘ ਪੜਵਾਉਂਦੇ ਰਹਿੰਦੇ ਆ ਤੈਨੂੰ ਬੇਨਤੀਆਂ ਵੀ ਕਰਨੀਆਂ ਪੈਣਗੀਆਂ ਤੇ ਤੈਨੂੰ ਬੂਟਿਆਂ ਨੂੰ ਪਾਣੀ ਵੀ ਦੇਣਾ ਪੈਣਾ ਤੇ ਨਾਲ ਮੈਟ ਵੀ ਵਿਛਾਉਣੇ ਪੈਣਗੇ। ਦੇਖ ਪਹਿਲਾਂ ਵਾਲੇ ਗ੍ਰੰਥੀ ਕਿਹੜਾ ਕਰਦੇ ਨਹੀਂ ਜੇ ਤੇਰਾ ਨਹੀਂ ਚਿੱਤ ਮੰਨਦਾ ਨਾ ਬੇਸ਼ੱਕ ਤੂੰ ਚਲਾ ਜਾ ਅਸੀਂ ਗ੍ਰੰਥੀ ਹੋਰ ਰੱਖ ਲਾਂਗੇ। ਪ੍ਰਧਾਨ ਜੀ ਤੁਸੀਂ ਸੋਚਿਆ ਕਦੇ ਤੁਸੀਂ ਤਾਂ ਕਹਿ ਤੋ ਵਗ ਜਾਓ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਅੱਧ ਵਿਚਕਾਰ ਪਈ ਆ ਉਹ ਵਿਚਾਰੇ ਹੁਣ ਅੱਧ ਵਿਚਾਰੇ ਇਹ ਕਿੱਥੇ ਜਾਣਗੇ ਹੈ ਨਾਲੇ ਤੁਸੀਂ ਜਿਹੜੀ ਗੱਲ ਕਰਦੇ ਹੋ ਪੈਸਿਆਂ ਦੀ ਤੁਸੀਂ ਮੈਨੂੰ ਕਹਿੰਦੇ ਸੀ ਤੁਸੀਂ 80,000 ਲੈਣੋ ਸਰਕਾਰ ਤੋਂ ਸਰਕਾਰ ਨੇ ਸੁੱਥੋਂ ਕੰਮ ਲੈਣਾ ਫਿਰ ਤੁਸੀਂ ਇਹਨਾਂ ਨੂੰ ਵੀ ਚੰਗੀ ਤਨਖਾਹ ਦਿਓ ਵਿਚਾਰਿਆਂ ਨੂੰ ਇਹ ਪ੍ਰਚਾਰਕ ਆ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਇਹਨਾਂ ਦੀ ਕਦਰ ਕਰੋ ਤੁਸੀਂ ਘੱਟੋ ਘੱਟ ਇਹਨਾਂ ਦੀ ਤਨਖਾਹ 30,000 ਚਾਹੀਦੀ ਆ ਇਹਨਾਂ ਦੇ ਬੱਚੇ ਨਹੀਂ ਇਹਨਾਂ ਦਾ ਪਰਿਵਾਰ ਨਹੀਂ। ਹਾਂਜੀ ਹਾਂ ਕਮਾਲ ਦੀ ਗੱਲ ਹੈ ਗੁਰੂ ਗ੍ਰੰਥ ਦੀ ਸੇਵਾ ਕਰਨੀ ਕਿੰਨੀ ਔਖੀ ਹੈ ਯਾਰ ਤੜਕੇ ਪਾਠ ਕਰਨਾ ਆਥਣੇ ਰਹਿ ਰਾਸ ਦਾ ਪਾਠ ਕਰਨਾ ਜੇ ਦਿਨੇ ਕੋਈ ਬੇਨਤੀ ਆ ਗਈ ਉਹ ਕਰਨੀ 8,000 ਥੋੜਾ ਇਹਨਾਂ ਵਾਸਤੇ। ਪ੍ਰਧਾਨ ਜੀ ਤੁਸੀਂ 10 ਦਿਨ ਸਾਂਭ ਕੇ ਦੇਖੋ ਡਿਊਟੀ ਕਿੰਨਾ ਪੰਚੁਅਲ ਰਹਿਣਾ ਪੈਂਦਾ ਇਹਨਾਂ ਨੂੰ ਆਪਣੇ ਪਾਬੰਦ ਵਿਚਾਰੇ ਸਵੇਰੇ 2:30 ਵਜੇ ਉੱਠਦੇ ਨੇ ਰਾਤ ਨੂੰ 10 ਵਜ ਜਾਂਦੇ ਨੇ ਫਿਰ ਆਪਦਾ ਕੋਈ ਕੰਮ ਨਹੀਂ ਹੁੰਦਾ ਲੋਕਾਂ ਦੇ ਕੰਮ ਕਰਦੇ ਨੇ ਇਹ ਸਾਰਾ ਦਿਨ। ਹੱਦ ਹੋ ਗਈ ਮਾਸਟਰ ਜੀ ਮੈਨੂੰ ਤਾਂ ਐ ਸੀ ਵੀ ਤੁਸੀਂ ਸਮਝਦਾਰ ਬੰਦੇ ਹੋ ਤੁਸੀਂ ਵੀ ਇਹਦੇ ਪੱਖ ਤੇ ਹੋ ਕੇ ਖੜ ਗਏ। ਪ੍ਰਧਾਨ ਜੀ ਪਿੰਡ ਦੇ ਵਿੱਚੋਂ ਮੈਂ ਮੰਨਦਾ ਲੌਸਮੈਂਟਾਂ ਕਰਨਾ ਮੇਰਾ ਫਰਜ਼ ਬਣਦਾ ਇਹ ਨਹੀਂ ਹੁੰਦਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਦੀ ਲੌਸਮੈਂਟ ਗੁਰੂ ਘਰ ਹੋਈ ਜਾਵੇ ਗੁਰੂ ਘਰ ਦੀ ਵੀ ਕੋਈ ਮਰਜ਼ਾਦਾ ਹੁੰਦੀ ਆ ਲੋਕ ਆਪਣੇ ਸਮਾਨ ਆਪਣੇ ਆਪ ਜ਼ਿੰਮੇਵਾਰ ਰਹਿਣ ਜਿਹੜੇ ਬੰਦੇ ਦੀ ਘਰੇ ਨਹੀਂ ਚੱਲਦੀ ਉਹ ਗੁਰੂ ਘਰ ਆ ਕੇ ਗ੍ਰੰਥੀ ਨੂੰ ਬੋਲਦਾ ਬੜੇ ਅਪਸ਼ਬਦ ਬੋਲਦੇ ਆ ਲੋਕ ਜਿਹੜੇ ਕਿ ਸਾਤੋਂ ਸੁਣੇ ਨਹੀਂ ਜਾਂਦੇ
लोगों इन्ना तो चाहिए भी असी आप दी चीजा आप गौर कर लीए गुरु घर के ग्रंथी उत्ते आके गल च अंगूठा देने की कोशिश करते हैं ये बहुत घटिया गल आ। चल कोई नहीं बेनती तुहानू करनियां पैणियां मास्टर जी जे तुसी कहणा कि तनखा वधा दिओ उस सारी कमेटी ने असी राय करके थोड़ी बहुती वधा सकदे आ। प्रधान जी रै नहीं देखो रै तो चलो कर लो ठीक है पर जना खना इन्हों दे आके सिर चढ़ जाता किसी का पतीला गवा जाता किसी का कुत्ता गवा जाता आ करो बाबा जी बेनती नहीं करते तो मूह मोटा कर लेंगे इन्हों बेचारे किधर जान मेरी गल सुनो मेरा तो नहीं कसूर बेनती करती फिर हम तनखा हो बधा दो। प्रधान जी तुम सारे गुरुद्वारे मैनेज कर दो प्रबंधक हो सारे रूल रेगुलेशन जान दो चंगी तरह वो तो ठीक है। चल कोई नहीं फिर भी मैं कमेटी राय करके दसूंगा अजे यदि तनखाह बारे कोई गल नहीं कर सकते। प्रधान जी इन्हों बारे तुम गल नहीं कर सकते तुम होर बारी बड़िया गल् कर दौ बड़िया प्रधानगिया उ कर दौ। ठीक है मास्टर जी मैं थोड़ी गल मान ली यदि तनखाह बढ़ा दिए अज ना 5 बजे कमेटी की मीटिंग है उत्थे जिवें फैसला हो उवें कर लां गल। प्रधान साहब आ फैसले वाली गल मैं सुनू कहनी चाहता सी तुसी अपने आप ही मूहों कहती हुण इह गल दा भी फैसला कर दो जी। कोई गल नहीं अज शाम नूं घर ही देवांगे। क्यों देखियो तनखाह दे नूं भज गया ना सारे फुकियां चौधरां वाले ने पल्लों कोई रा के राजी नहीं हैगा। यही गल आ मास्टर जी कदे भी गुरु घर के ग्रंथी की कोई जिंदगी बारे नहीं सोचता भी उहदी जिंदगी किद्दां दी आ उह जिंदगी एक गुरु साहब की सेवा करन दे बावजूद भी गुरु घर च तां जिंदगी स्वर्ग की जिउंदा पर परिवार पिछे एक नरक भरी जिंदगी भी जिउं रहा कदे नहीं कोई देखदा भी उहदे परिवार दे विच की लोड़ां ने किन्नी उहनूं गरीबी आ उहदा घर नहीं वो अपने घर तो बेवजह तुरिया फिरदा उहदे जवाकां दा कोई फ्यूचर नहीं बना सकता साढ़े गुरु घर वालियां नूं ते साढ़े जिन्हें भी समाज सेवी संस्थावां ने इन्हां नूं सारिआं नूं रल के गुरु घर के ग्रंथियों का साथ देना चाहिए भी उन्हां दा घर बन सके वो अपने जवाकां नूं पढ़ा सकन फिर ही साढ़े गुरु घरां दे ग्रंथी चंगे बनणगे नहीं आने वाले समय के साढ़े ग्रंथियों ने अपने बच्चों नूं भी ग्रंथी वाली लाइन च नहीं पाउणा फिर साढ़े गुरु घर का प्रचार कौन करूगा मैनू ये चीज़ का भी बड़ा फिक्र जापदा। बाबा जी मैं थोड़ी गल नाल सारी नाल सहमत हाँ मैं भी मानना देखो प्रधान जी फैसले तो कहते साड़ी कमेटी करूगी पर इन्हां नूं ये नहीं पता भी गुरुद्वारा जिहड़ा सारे नगर का जिहड़ा पैसा इकट्ठा हुंदा वह भी सारे नगर तो पुछया जाए ये आप दियां रहियां करन लग जांदे ने। यही गल आ मास्टर जी इन्हां ने सिर्फ अपनियां प्रधानगियां दे चक्कर च पै के साढ़े पिंडां दे विच गुरु घर भी पंज पंज बनाते जिहड़ी जी साडी सरबत पक्षी सोच सी उह तों सानूं इन्हां ने दूर करता साडा भाईचारा तोड़ता अगे असी सारे कट्ठे हो के कोई साडे विच जात पात नहीं सी असी सारे कट्ठे बहिंदे एक पंगत दे विच गुरु घर दे विच बहि के प्रशादा सकदे सी। हुण तुसीं देखो गुरु घरां दा सिस्टम साडे गुरु साहिब ने सब तों वड्डी संगत ते पंगत नूं मन्निया अज की साढ़े गुरु घर पंगत लगती है जे कोई भोग पैंदा कोई प्रोग्राम हुंदा है उत्थे सानू टेबलों के उत्ते लंगर छकाया जाता पर यह चीज़ का मैनू बड़ा अफसोस आ गुरु ग्रंथ साहिब दे विच जुड़ियां भी कोई गल्लां दर्ज ने वह पंगत नाल जुड़ियां ने इन्हां ने एक गुरु घर नूं कोई होर ही रूप देता। बाबा जी इसे करके आपां गुरु घर की मर्यादा तो दूर हो रहे हैं आपां उह गल्लां नूं भुल के नवें सिस्टम दे विच जा रहे हैं जेकर असीं नवें सिस्टम चल गए गुरु घर की सोच नूं टुट गए ताइयों सानूं अज सिखी का प्रचार नहीं कितें दिख रहा तुसीं देखो मुंडे घोन मोन होई जांदे ने बाल कटाई जांदे ने कोई भी सिखी का प्रचार करन दे लई तैयार नहीं हैगा कोई सिखी की गल नहीं कर रहा साडा इत्थे केसां नालों हर एक टुटदा जा रहा सारे नवें मुंडे सारे केस कट कट के केस कतल करा के केसाधारी कौन दिख रहा इत्थे। बाबा जी यही गल है भी जे साडे जिवें हुण प्रधान जी आ कमेटियां ने ग्रंथी नाल मिल के साडे धर्म दे प्रचार नूं वधाउण सारिआं दा रल के कम होगा कल्ला ग्रंथी सिर ते नहीं चलदा इह कम। ठीक है मास्टर जी थोड़ी गल सारी मैनूं ठीक लगी गुरु साहब अगे अरदास जरूर करांगे साडे जिहड़े भी लोग कराहे पए आ उह समत बख्शे गुरु साहब उहनां नूं सिद्धे राहे आ के साडी कौम दी साडी चढ़दी कला दी गल करन साडा सिक्खी दा प्रचार वधे सारिआं दे लई प्यार लै के आउण ना कि नफरत फैलाउण। ठीक है मास्टर जी धन्यवाद धन्यवाद उम्मीद करते हैं तुम सारे ठीक ठाक होवोगे साड़ी अज की यह वीडियो तुहानू किवें लगी कमेंट करके जरूर दसना साड़ी हर एक वीडियो जिवें तुसी पहला भी बहुत प्यार करते हो इस वीडियो में वध तो वध लाइक शेयर ते कमेंट जरूर करना ये वीडियो जिहड़ी बनाई है ये किसी के मन नूं ठेस पहुँचाउण लई नहीं इस एक सिर्फ समाज नूं सेध देण लई बनाई गई है जे किसी की शान के खिलाफ कोई सख्त शब्द निकल गया साड़ी टीम तो साड़ी सारी टीम उहदे लई माफ़ी चाहती है। धन्यवाद जी सारे का साढ़े चैनल में वो तो वह सबसक्राइब करना साढ़े चैनल का नाम है मास्टर कुड्डी।